हाँ जी किसान वीरो स्वागत है तुहाड़ा अपने यूट्यूब चैनल बाबा डेयरी फार्म। जी अज की वीडियो में आप तीन बैड़ा सेल लैके आए जी, एक तोकड़ गबन ते आओ पौधे आप भी डिटेल। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰੇ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ? ਬਹੁਤ ਵਧੀਆ ਜੀ, ਉਹ ਤਾਂ 2 ਘੰਟਿਆਂ ਚ ਮਾਲ ਵੇਚ ਗਿਆ ਸੀ ਆਪਣਾ। ਠੀਕ ਹੈ ਵੀਰੇ। ਹਾਂ ਨਾਮ ਕਿਹੜਾ ਦੱਸੋ ਬੋਲਦੇ? ਨਾਮ ਚਮਕੌਰ ਸਿੰਘ ਹੈ ਜੀ, ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ ਜੀ। ਜ਼ਿਲ੍ਹਾ ਬਰਨਾਲਾ, ਤਹਿਸੀਲ ਜੀ? ਤਪਾ ਜੀ। ਤਪਾ ਪਿੰਡ। ਤਪਾ 4 ਕਿਲੋਮੀਟਰ ਹੈ ਜੀ। 4 ਕਿਲੋਮੀਟਰ ਹੈ। ਮੋਬਾਈਲ ਨੰਬਰ ਬੋਲ ਦਿਓ ਬਾਈ। 9684001202 ਇਹ ਵੀਰ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਉੱਪਰ ਚੱਲ ਰਿਹਾ, ਨੋਟ ਕਰ ਲਓ। ਵੀਰੇ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਬੈਠ ਦੇਣਾ ਜਰਸੀ ਹੈ। हाँ जी जर्सी। ਕਿਹੜਾ ਸੂਆ ਸੂਈ ਹੈ? ਇਹ ਦੂਜਾ ਸੂਈ ਵੀ ਹੈ ਜੀ। ਕਦੋਂ ਸੂਈ ਆ ਬਾਈ? ਸੂਈ ਨੂੰ ਹੋ ਗਿਆ 12-13 ਦਿਨ। 12-13 ਦਿਨ ਬੱਚਾ ਕੀ ਆ ਬਾਈ? ਮਗਰ ਬੱਸਾ ਜੀ ਆ ਬੱਚਾ, ਮਗਰ ਬੱਚਾ ਬਾਈ 12-13 ਦਿਨ ਹੋ ਗਏ ਸੂਈ ਨੂੰ। ਕਿੰਨਾ ਦੁੱਧ ਰੈਡੀ ਆ ਬਾਈ? ਦੁੱਧ ਵੀਰੇ ਹੁਣ 10 ਕਿਲੋ ਆ। ਹੁਣ 10 ਕਿਲੋ ਵਧੂ ਕੀ ਦੁੱਧ ਹੋਰ? ਹਾਂ 1-2 ਕਿਲੋ ਹੋਰ ਵਧ ਸਕਦੀ ਹੈ ਜਿਸ ਹਿਸਾਬ ਨਾਲ ਬੈਤਾਗਾ ਨਾ। ਠੀਕ ਆ ਬਾਈ, 10 ਲੀਟਰ ਦੁੱਧ ਇਸ ਟਾਈਮ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਆ। ਕਿਲੋ ਖੰਡ ਭਾਵਾਂ ਵੱਧ ਜੇ ਜੀ, ਫੇਸ ਬਿਊਟੀ ਚੰਗੀ ਆ, ਬਾਕੀ ਤੋਰ ਵਗੈਰਾ ਚੰਗੀ ਆ, ਕੱਦ ਕਾ ਠੀਕ ਆ, ਆਰਡਰ ਸੋਹਣਾ ਤਿਆਰ ਕਰਿਆ ਬਾਈ। ਚਾਰੇ ਥਾਂ ਬਈ ਨਿਕੜਵੇਂ ਪੂਰੇ ਗਏ, ਬਾਕੀ ਕੂਨੀ ਬਹੁਤ ਆਈ, ਜਿਵੇਂ ਮਰਜੀ ਪੂਰੀ ਠੰਡੀ ਸੀਲ ਆ, ਜਿਵੇਂ ਮਰਜੀ ਬੈਠਾ ਰਹੇ ਤੇ ਥਾਂ ਥੋਂ ਨੇੜ ਤੋਂ ਚੈੱਕ ਕਰਵਾ ਆਨੇ ਆ। ਦੇ ਸਨ ਬਈ ਚਾਰੇ ਥਾਂ ਨਿਕੜਵੇਂ ਪੂਰੇ ਗਏ। ਤੇ ਚਵਾਈ ਦੀ ਕਿਵੇਂ ਬਈ? ਚਵਾਈ 1 ਨੰਬਰ ਆਈ। 1 ਨੰਬਰ ਕੀ ਮੁੱਲ ਆ ਬਾਈ ਇਹਦਾ? ਮੁੱਲ ਇਹਦਾ 35000 ਰੁਪਏ। ਮਾਨਤਾਨ ਕਰੋਗੇ? ਮਾਨਤਾਨ ਕਰ ਦੇਾਂਗੇ। 35000 ਰੁਪਏ ਬਾਈ ਮੁੱਲ ਰੱਖਿਆ ਬਾਈ ਨੇ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਬਰੀਡ ਚੰਗੀ ਆ, ਗਰਮੀ ਘੱਟ, ਮੈਨੂੰ ਫੈਨ ਫੂਨ ਇਹਨਾਂ ਦੀ ਚੰਗੀ ਆਊਗੀ। ਅੜ ਦੀ ਕੁਆਲਿਟੀ ਬਾਈ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ। ਸੋਹਣਾ ਆਰਡਰ ਤਿਆਰ ਕਰਿਆ ਵਾ। ਚਵਾਈ ਤੇ ਹਜੇ ਬਾਈ ਘੰਟਾ ਕੁ ਪਿਆ ਹੋਊਗਾ। ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੂਈ ਪਿਆ? ਇਹ ਤੀਜਾ ਸੂਆ ਜੀ। ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ? ਇਹਨੂੰ 15 ਦਿਨ ਹੋ ਗਏ। 15 ਦਿਨ ਬੱਚਾ ਕੀ ਆ ਮਗਰ ਬਾਈ? ਬੱਸਾ ਜੀ ਇਹਦੇ। ਆ ਬੱਚਾ ਇਹਦਾ ਹੀ ਆ ਬਾਈ? ਹਾਂਜੀ। ਠੀਕ ਆ ਬੱਚਾ, ਮਗਰ ਬੱਚਾ ਬਾਈ 15 ਕੁ ਦਿਨ ਹੋ ਗਏ ਸੂਈ ਨੂੰ। ਦੁੱਧ ਕਿੰਨਾ ਬਾਈ ਹੁਣ? ਦੁੱਧ 13 ਕਿਲੋ ਆ ਜੀ ਇਹਦੇ ਥੱਲੇ। ਕੰਡੇ ਵਾਲਾ ਤਿਆਰ ਆ ਬਾਈ? ਜਮਾ ਕੰਡੇ ਵਾਲਾ ਜੀ। ਮੈਂ ਇਸ ਲਈ ਚੰਗੀ ਆ, ਬੋਦੀ ਬੋਦੀ ਚੰਗੀ ਆ, ਕੰਨ ਕੁਨ ਛੋਟਾ ਲੱਗਿਆ ਬਾਈ, ਕੱਦ ਕਾਠ ਪੂਰਾ ਉੱਚਾ ਲੰਮਾ, ਥਣ ਹਵਾ ਨੇ ਦੀ ਬਹੁਤ ਸਾਫ ਸੁਥਰੀ ਆ। ਚਾਰੇ ਥਣ ਬਈ ਨਿਕੜਵੇਂ ਪੂਰੇ ਖੈਲਤੇ ਆ, ਤੋਰ ਵਗੈਰਾ ਵੀ ਚੰਗੀ ਆ ਬਾਈ। ਦੁੱਧ 13 ਲੀਟਰ ਇਸ ਟਾਈਮ ਹਾਜ਼ਰ ਆ। ਠੰਡੀ ਸੀਲ ਆ ਪੂਰੀ? ਠੰਡੀ ਸੀਲ ਵਾਲੀ ਆ ਜੀ। ਆ ਲੈ ਬਾਈ ਜਿਵੇਂ ਮਰਜ਼ੀ ਹੱਥ ਵਗੈਰਾ ਫੇਰੀ, ਚੱਲ ਪੂਰੀ ਠੰਡੀ ਸੀਲ ਆ। ਫੇਸ ਬਿਊਟੀ ਚੈੱਕ ਕਰੋ, ਥਣ ਲੇਵਾ ਪੂਰਾ ਸਾਫ ਆ। ਲੈ ਆ ਦੇ ਸਾਂ ਚਾਰੇ ਥਣ ਬਈ ਇੱਕੋ ਜਿਹੇ ਦੇ ਪੂਰੇ ਖੈਲਤੇ ਆ। ਕੀ ਮੁੱਲ ਆ ਭਰਾ ਇਹਦਾ? ਇਹਦਾ 42000 ਰੁਪਏ। 42000 ਰੁਪਏ ਮਾਨਤਾਨ ਕਰੋਗੇ ਬਾਈ? ਮਾਨਤਾਨ ਕਰ ਦਿਆਂਗੇ। ਬਸ ਠੀਕ ਆ ਬਾਈ, ਮਾਨਤਾਨ ਮੌਕੇ ਤੇ ਹੋ ਜਾਊਗਾ। 42000 ਰੁਪਏ ਦਾ ਮੁੱਲ ਆ। ਨੇੜ ਤੋਂ ਆਰਡਰ ਚੈੱਕ ਕਰਵਾਉਣਾ ਬਈ, ਸੋਹਣਾ ਆਰਡਰ ਤਿਆਰ ਕਰਿਆ। ਚਾਰੇ ਥਣ ਬਈ ਨਿਕੜਵੇਂ ਪੂਰੇ ਗੈਪ ਤੇ, ਮੁੱਠੀ ਵਾਲਾ ਥਣ ਲੱਗਿਆ। ਚਵਾਈ ਦੀ ਚੰਗੀ ਆ ਬਈ? ਚਵਾਈ ਦੀ 1 ਨੰਬਰ ਆ ਜੀ। ਠੀਕ ਆ ਬਈ, ਅੱਗੇ 3 ਨੰਬਰ ਤੇ ਬਈ ਤੋਕੜ ਗੱਬਣਾ। ਇਹ ਤੋਕੜ ਗੱਬਣਾ ਜੀ। ਠੀਕ ਆ, ਕਿੰਨੇ ਟਾਈਮ ਦੀ ਗੱਬਣਾ ਬਈ? ਇਹ 2.5 ਮਹੀਨੇ ਦੀ ਚੈੱਕ ਹੋ ਗਈ। 2.5 ਮਹੀਨੇ ਦੀ ਚੈੱਕ ਹੋ। ਦੁੱਧ 10 ਕਿਲੋ। ਦੁੱਧ 10 ਕਿਲੋ। ਕਿਹੜਾ ਸੂਆ ਸੂਈ ਵੀ ਆ ਹੁਣ? ਇਹ ਦੂਜਾ ਸੂਈ। ਦੂਜਾ ਸੂਆ। ਤੀਜੇ ਲਈ ਗੱਬਣਾ। ਤੀਜੇ ਲਈ ਗੱਬਣਾ। ਫੇਸ ਬਿਊਟੀ ਵਾ ਕਮਾਲ ਦੀ ਆ, ਪ੍ਰਿੰਟ ਵਗੈਰਾ ਚੰਗਾ, ਤੋਰ ਵਗੈਰਾ ਚੰਗੀ ਆ ਜੀ। ਦੁੱਧ ਦਾ 10 ਲੀਟਰ ਇਸ ਟਾਈਮ ਹਾਜ਼ਰ ਆ, 2.5 ਮਹੀਨੇ ਦੀ ਬਾਈ ਚੈੱਕ ਪਾਸ, ਬਾਕੀ ਤੋਰ ਵਗੈਰਾ ਚੰਗੀ ਆ ਬਾਈ। ਤੇ ਕੀ ਮੁੱਲ ਆ ਬਾਈ ਇਹਦਾ? ਮੁੱਲ ਇਹਦਾ 32000 ਰੁਪਏ। 32000 ਪੂਰੀ ਠੰਡੀ ਸੀਲ ਆ ਬਾਈ? ਪੂਰੀ ਸੀਲ ਆ ਜੀ। ਆ ਵੀ ਬਾਈ ਪੂਰੀ ਠੰਡੀ ਸੀਲ ਆ, ਜਿਵੇਂ ਮਰਜ਼ੀ ਬਾਈ ਹੱਥ ਵਗੈਰਾ ਲਈ ਚੱਲ। ਥਾਣ ਵੀ ਬਹੁਤ ਚੰਗਾ ਲੱਗਿਆ, ਨੇਟ ਤੋਂ ਚੈੱਕ ਕਰ ਲਓ, ਚਾਰੇ ਥਾਣ ਇੱਕੋ ਜਿਵੇਂ ਮੁੱਠੀ ਵਾਲਾ ਥਾਣ ਆ, ਚੰਗੀ ਆ ਬੈਠ ਬਾਈ, ਫੇਸ ਬਿਊਟੀ ਵੀ ਚੰਗੀ ਆ, ਚੈੱਕ ਪਾਸ ਆ, 2.5 ਮਹੀਨੇ ਦੀ 10 ਲੀਟਰ ਦੁੱਧ ਹਾਜ਼ਰ ਆ, ਪ੍ਰਿੰਟ ਪ੍ਰੁੰਟ ਪੂਰਾ ਚੰਗਾ, ਬਾਕੀ ਤੋਰ ਵਗੈਰਾ ਚੰਗੀ ਆ। ਮੁੱਲ ਇਹਦਾ ਬਾਈ 32000 ਰੁਪਏ ਮਾਨਤਾਨ ਹੋ ਜੂ, ਹਨਾ? ਮਾਨਤਾਨ ਕਰ ਦਾਂਗੇ ਜੀ। 32000 ਰੁਪਏ ਵੀ ਇਹਨੇ ਮੁੱਲ ਰੱਖਿਆ, ਬਾਕੀ ਮਾਨਤਾਨ ਹੋ ਜੂ ਬਾਈ। ਬੈੜਾਂ 3 ਚੰਗੀਆਂ ਨੇ, ਤੇ ਆਹ ਬੈੜ ਵੀ ਬਹੁਤ ਚੰਗੀ ਆ, ਸੂਈ ਸਵਾਈ 13 ਲੀਟਰ ਦੁੱਧ ਹਾਜ਼ਰ ਆ, ਜਰਸੀ ਵੀ ਚੰਗੀ ਆ ਬਾਈ, ਛੋਟੇ ਭਾਅ ਦੀ। ਕਿਸੇ ਵੀਰ ਨੂੰ 3 ਨਗਾਂ ਜੋ ਕੋਈ ਵੀ ਨਗ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ।